ਕੀਤੀ ਗਈ ਸੀ ਉਸ ਨਾਕਾਬੰਦੀ ਤੇ ਇੱਕ ਕਾਰ ਜਿਹੜੀ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਜਿਹਦੇ ਵਿੱਚੋਂ ਕੁਝ ਹੀਰੋਇਨ ਤੇ ਕੁਝ ਡਰੱਗ ਮਨੀ ਮਿਲੀ ਸੀਗੀ ਉਹਨਾਂ ਦੀ ਮੁੱਢਲੀ ਪੁੱਛਗਿੱਛ ਕੀਤੀ ਗਈ ਤਾਂ ਉਹਦੇ 'ਚ ਪਤਾ ਚੱਲਿਆ ਕਿ ਇਹ ਇੱਕ ਗੈਂਗ ਹੈ ਜਿਹੜਾ ਜੰਮੂ ਤੋਂ ਹੀਰੋਇਨ ਲਿਆਂਦਾ ਅਤੇ ਲਿਆ ਕੇ ਅੱਗੇ ਸਪਲਾਈ ਕਰਦਾ ਅਤੇ ਉਸ ਦਿਨ ਉਹ ਜੰਮੂ ਉਹਨਾਂ ਦੇ ਕੁਝ ਸਾਥੀ ਅੱਗੇ ਗਏ ਹੋਏ ਸੀ ਦੋ ਸਾਥੀ ਜਿਹੜੇ ਕਿ ਉੱਥੋਂ ਡਰੱਗ ਮਨੀ ਉਹਨਾਂ ਨੇ ਲੈ ਕੇ ਆਉਣੀ ਸੀ ਇਹ ਇਸ ਕਰਕੇ ਜਾ ਰਹੇ ਸੀ ਵੀ ਭਾਰੀ ਮਾਤਰਾ 'ਚ ਡਰੱਗ ਮਨੀ ਮਿਲਣੀ ਹੈ ਵੇਚਣ ਤੋਂ ਬਾਅਦ ਜਿਹਦੀ ਇਤਲਾਹ ਜੰਮੂ ਪੁਲਿਸ ਨਾਲ ਸਾਂਝੀ ਕੀਤੀ ਗਈ ਐਸ ਐਸ ਪੀ ਗੁਰਦਾਸਪੁਰ ਵੱਲੋਂ ਜਿਹਦੇ 'ਤੇ ਉਹ ਦੋ ਵਿਅਕਤੀ ਉੱਥੇ ਪਕੜੇ ਗਏ ਇੱਥੇ ਐਸ ਐਸ ਪੀ ਸਾਹਿਬ ਵੱਲੋਂ ਜਿਹੜੀ ਟੀਮ ਬਣਾਈ ਗਈ ਐਸ ਪੀ ਡੀ ਸੀ ਆਈ ਏ ਇੰਚਾਰਜ ਅਤੇ ਉਹਨਾਂ ਨੇ ਇਹਦੀ ਇਹਦੇ ਬੈਕਵਰਡ ਲਿੰਕੇਜ ਪਿੱਛੇ ਟਰੇਸ ਕਰਦੇ ਹੋਏ 40 ਲੱਖ ਰੁਪਇਆ ਦੋ ਫਾਇਰਆਰਮ ਇੱਕ ਗਲੋਕ ਪਿਸਟਲ ਇੱਕ 32 ਬੋਰ ਅਤੇ ਉਹਦੇ ਨਾਲ ਆਰਮਸ ਐਮੋਨਿਊਸ਼ਨ ਇੱਕ ਕਾਰ ਇੱਕ ਮੋਟਰਸਾਈਕਲ ਉਹ ਬਰਾਮਦ ਕੀਤੇ ਅਤੇ 6 ਵਿਅਕਤੀ ਜਿਹੜੇ ਇਸ ਕੇਸ 'ਚ ਨੇ ਉਹਨਾਂ 'ਚੋਂ ਇੱਕ ਵਿਅਕਤੀ ਪ੍ਰੋਡਕਸ਼ਨ ਬ੍ਰਾਂਚ 'ਤੇ ਲਿਆਂਦਾ ਅਤੇ 5 ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਨਾਮ ਗੁਰਪ੍ਰੀਤ ਸਿੰਘ ਰਾਹੁਲ ਨਿਖਿਲ ਦਲਜੀਤ ਅਤੇ ਨੀਰਜ ਅਤੇ ਬਿੱਕਾ ਕਰਕੇ ਵਿਅਕਤੀ ਹੈ ਜਿਹਨੂੰ ਜੇਲ੍ਹ 'ਚੋਂ ਲਿਆਂਦਾ ਅਤੇ ਇਹ ਜਿਹੜਾ ਗੈਂਗ ਹੈ ਇਸ ਗੈਂਗ ਦਾ ਇੱਕ ਸਾਥੀ ਦੁਬਈ ਬੈਠਾ ਇੱਕ ਇਹਨਾਂ ਨਾਲ ਪਾਕਿਸਤਾਨ ਦਾ ਸਮਗਲਰ ਇਨਵੋਲਵ ਹੈ ਇੱਕ ਇਹਨਾਂ ਦਾ ਸਾਥੀ ਜੇਲ੍ਹ 'ਚ ਅੰਮ੍ਰਿਤਸਰ ਹੈ ਇਹਨਾਂ 'ਚੋਂ ਜਿਹੜੇ ਵਿਅਕਤੀ ਦੁਬਈ ਅਤੇ ਇੱਥੇ ਜੇਲ੍ਹ 'ਚ ਹੈ ਇਹਨਾਂ ਦੇ ਨਾਰਕੋ ਟੈਰੋਰਿਜ਼ਮ ਦੇ ਜਿਹੜੇ ਮੋਡਿਊਲਸ ਨੇ ਉਹਨਾਂ ਨਾਲ ਲਿੰਕ ਨੇ ਅਤੇ ਛੇਤੀ ਹੀ ਪੁਲਿਸ ਇਹਨਾਂ ਨੂੰ ਵੀ ਪ੍ਰੋਡਕਸ਼ਨ 'ਤੇ ਲਿਆ ਕੇ ਜੇਲ੍ਹ ਵਾਲਿਆਂ ਨੂੰ ਅਤੇ ਪਲੱਸ ਜਿਹੜਾ ਵਿਅਕਤੀ ਦੁਬਈ ਵੀ ਬੈਠਾ ਉਹਦੇ ਖਿਲਾਫ਼ ਕਾਰਵਾਈ ਕਰਦੇ ਹੋਏ ਪੂਰੇ ਦਾ ਪੂਰਾ ਪਰਦਾਫਾਸ਼ ਕਰੂਗੀ ਮੇਨ ਜਿਹੜਾ ਇਹਨਾਂ ਸਰਗਣਾ ਕੌਣ ਹੈਗਾ ਜਿਹੜਾ ਦੁਬਈ ਬੈਠਾ ਹੋਵੇ ਇਸ ਟਾਈਮ ਉਹੀ ਹੈ ਜਿਹੜਾ ਦੁਬਈ ਬੈਠਾ ਅਤੇ ਗੁਰਲਾਲ ਕਰਕੇ ਉਹਦਾ ਨਾਮ ਹੈ ਉਹਦੇ ਖਿਲਾਫ਼ ਕਾਰਵਾਈ ਅਸੀਂ ਕਰਨ ਜਾ ਰਹੇ ਹਾਂ ਜੇਲ੍ਹ ਦੇ ਵਿੱਚੋਂ ਵੀ ਅਸੀਂ ਪ੍ਰੋਡਕਸ਼ਨ ਬ੍ਰਾਂਚ 'ਤੇ ਲਿਆ ਕੇ ਅੱਜ ਵੀ ਅਸੀਂ ਵਿਅਕਤੀ ਲਿਆਂਦਾ ਉਹਦਾ ਪੂਰੇ ਦੀ ਪੂਰੀ ਉਹਦੀ ਡਿਟੇਲਡ ਇੰਟਰੋਗੇਸ਼ਨ ਕਰਕੇ ਤੁਹਾਡੇ ਸਾਹਮਣੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਇਹ ਪਤਾ ਲੱਗਾ ਜਿੱਦਾਂ ਕਿ ਪਾਕਿਸਤਾਨ ਨਾਲ ਸੰਬੰਧ ਹੈਗੇ ਨੇ ਜਾਂ ਕਿਸ ਤਰ੍ਹਾਂ ਕੰਟੈਕਟ ਕਰਦੇ ਸੀ ਪਾਕਿਸਤਾਨ 'ਚ ਕਿਹੜਾ ਸਰਗਣਾ ਪਾਕਿਸਤਾਨ ਦਾ ਪਾਕਿਸਤਾਨ ਦਾ ਉਹਨਾਂ ਨੇ ਛੋਟੇ ਨਾਮ ਰੱਖੇ ਹੁੰਦੇ ਨੇ ਚਾਚਾ ਕਰਕੇ ਉਹਨੂੰ ਕਹਿੰਦੇ ਨੇ ਸੋ ਉਹ ਸਮਗਲਰ ਹੈ ਅਸੀਂ ਆਈਡੈਂਟੀਫਾਈ ਕਰ ਲਿਆ ਉਹ ਡਰੋਨ ਰਾਹੀਂ ਸਮਗਲਿੰਗ ਕਰ ਰਿਹਾ ਉਹ ਜੰਮੂ ਸੈਕਟਰ ਤੋਂ ਇਸ ਟਾਈਮ ਸਰ ਹੁਣ ਤੱਕ ਕਿੰਨੀਆਂ ਅਸਾਈਨਮੈਂਟਾਂ ਭੇਜ ਚੁੱਕੇ ਇੱਧਰ ਇਹ ਸਾਰੀਆਂ ਪੁੱਛਗਿੱਛ 'ਤੇ ਤੁਹਾਨੂੰ ਉਹਦਾ ਖੁਲਾਸਾ ਕਰਾਂਗੇ ਹਜੇ ਚੱਲ ਰਹੀ ਹੈ ਪੁੱਛਗਿੱਛ